ਨਾਜ਼ਰੀਨ ਕੀ ਹਾਲ ਚਾਲ ਹੈ ਸਤਿ ਸ੍ਰੀ ਅਕਾਲ ਮੈਂ ਮਹਿਰ ਫਿਆਜ਼ ਤੇ ਤੁਸੀਂ ਵੇਖ ਰਹੇ ਹੋ ਜ ਆਪਣਾ YouTube ਚੈਨਲ ਮੁੰਡਾ ਸੇਰਮਾਨ ਜਨਾਬ ਅੱਜ ਦੋਸਤਾਂ ਦੀ ਖਾਹਿਸ਼ ਪੂਰੀ ਕਰਨ ਵਾਸਤੇ ਉਹਨਾਂ ਪਹਿਲੇ ਜਿਹੜੀ ਕੈਂਡੀ ਦੀ ਮੈਂ ਇੱਕ ਵੀਡੀਓ ਬਣਾਈ ਸੀ ਬੜੀ ਪਸੰਦ ਕੀਤੀ ਸੀ ਤੁਸਾਂ ਭਰਾਵਾਂ ਨੇ ਔਰ ਮੈਨੂੰ ਕਾਫੀ ਦੋਸਤਾਂ ਨੇ ਕਿਹਾ ਸੀ ਕਿ ਸਾਨੂੰ ਇਸ ਤਰ੍ਹਾਂ ਦੀ ਕੋਈ ਹੋਰ ਆਈਟਮ ਤਾਰਫ਼ ਕਰਾਓ ਆ ਜਨਾਬ ਅਸੀਂ ਇੱਕ ਹੋਰ ਕੈਂਡੀ ਲੈ ਕੇ ਆਏ ਆ ਟੌਫੀ ਲੈ ਕੇ ਆਏ ਆ ਜਿਹੜੀ ਸੇਲਮੈਨ ਭਰਾਵਾਂ ਵਾਸਤੇ ਬੜਾ ਮਾਰਜਿਨ ਹੁੰਦੇ ਚ ਬੜਾ ਅੱਛਾ ਮਾਰਜਿਨ ਔਰ ਟੌਫੀ ਵੀ ਇਸ ਤਰ੍ਹਾਂ ਦੀ ਏ ਕਿ ਮਾਰਕੀਟ ਦੇ ਵਿੱਚ ਫਲਾਪ ਹੋਣ ਵਾਲੀ ਨਹੀਂ ਔਰ ਇੰਪੋਰਟਡ ਟੌਫੀ ਔਰ ਉਹਦੇ ਵਿੱਚ ਅੱਛਾ ਮਾਰਜਿਨ ਹੈ ਅੱਛਾ ਤੁਹਾਨੂੰ ਇਹ ਚੀਜ਼ ਮੈਂ ਦੱਸਣੀ ਹੈ ਕਿ ਜਿਹੜੀ ਇੰਪੋਰਟਡ ਇਰਾਨੀ ਟੌਫੀ ਹੁੰਦੀ ਨਾ ਇਰਾਨੀ ਟੌਫੀ ਏ ਜਾਂ ਕੁਝ ਏ ਔਰ ਦੂਸਰੇ ਕੰਟਰੀ ਦੀ ਕੋਈ ਵੀ ਟੌਫੀ ਹੈ ਉਹਦਾ ਮਸਲਾ ਇਹ ਕਿ ਉਹ ਬਾਕਸ ਪੈਕਟ ਦੇ ਵਿੱਚ ਆਂਦੀ ਉਹ ਕਾਟਨ ਪੈਕ ਨਹੀਂ ਹੁੰਦੀ ਪੈਕਟ ਦੇ ਵਿੱਚ ਆਂਦੀ ਹੈ ਜ਼ਿਆਦਾਤਰ ਲਾਹੌਰ ਦੇ ਵਿੱਚ ਜਾਂ ਆਪਣਾ ਤੁਸੀਂ ਕਰਾਚੀ ਮਾਰਕੀਟ ਲਾ ਲਓ ਉੱਥੇ ਜਨਾਬ ਇਹ ਟੌਫੀ ਤੋਲ ਕੇ ਦਿੰਦੇ ਨੇ ਕਿਲੋਆਂ ਦੇ ਹਿਸਾਬ ਤੇ ਤੇ ਤੁਸੀਂ ਇਹ ਹਿਸਾਬ ਲਾਓ ਕਿ ਉਹ ਮਾਰਕੀਟ ਦੇ ਵਿੱਚ ਇਹ ਟੌਫੀ ਆਲਰੇਡੀ ਚੱਲਦੀ ਵੀ ਹੈ ਔਰ ਅੱਛੀ ਸੇਲ ਆਂਦੀ ਹੈ ਕੁਆਲਟੀ ਬਹੁਤ ਅੱਛੀ ਹੈ ਏ ਮੈਂ ਤੁਹਾਨੂੰ ਅੱਜ ਤਰੀਕਾਕਾਰ ਦੱਸਣਾ ਹੈ ਕਿ ਇਹਦੇ ਵਿੱਚ ਛੋਟੇ ਸੇਲਮੈਨ ਨੇ ਜਾਂ ਵੱਡੇ ਸੇਲਮੈਨ ਨੇ ਜਿਸ ਤਰ੍ਹਾਂ ਦੀ ਵੀ ਤੁਸੀਂ ਮਾਰਕੀਟ ਕਰਦੇ ਜੇ ਮਕਸਦ ਸਾਡਾ ਇਹ ਹੁੰਦਾ ਹੈ ਕਿ ਕੁਆਲਿਟੀ ਉਹ ਦਸੀਏ ਉਸ ਤਰ੍ਹਾਂ ਦੀ ਪ੍ਰੋਡਕਟ ਜਿਹੜੀ ਮੁਤਾਰਫ ਕਰਾਈਏ ਕਿ ਜਿਹੜੀ ਜਿੰਦੀ ਕੁਆਲਿਟੀ ਅੱਛੀ ਹੋਵੇ ਮਾਰਕੀਟ ਦੇ ਵਿੱਚ ਫਲਾਪ ਨਾ ਹੋਣ ਵਾਲੀ ਹੋਵੇ ਤੇ ਆਪਣਾ ਸੇਲਮੈਨ ਨੂੰ ਵੀ ਅੱਛਾ ਮਾਰਜਨ ਮਿਲੇ ਮੈਂ ਜਨਾਬ ਅੱਜ ਕੈਂਡੀ ਇੱਕ ਤੁਹਾਡੇ ਵਾਸਤੇ ਲੈ ਕੇ ਆਇਆ ਹਾਂ ਐ ਤੁਸੀਂ ਸਾਰੇ ਦੋਸਤਾਂ ਭਰਾਵਾਂ ਨੇ ਤੁਸੀਂ ਇਹਦਾ ਤਾਰਿਫ ਕੀਤਾ ਹੋਏਗਾ ਤੁਹਾਨੂੰ ਪਤਾ ਹੋਏਗਾ ਇੱਕਲੇ ਟੌਫੀ ਹੈ ਇਰਾਨੀ ਟੌਫੀ ਇਹਨੂੰ ਤੁਸੀਂ ਬੜੀ ਅੱਛੀ ਤਰ੍ਹਾਂ ਜਾਣਦੇ ਹੋਵੋਗੇ ਲੇਕਿਨ ਇੱਕ ਸੇਲਮੈਨ ਅਜ਼ਰਾ ਜਿੰਨੇ ਵੀ ਨੇ ਉਹ ਇਹਨੂੰ ਲੈ ਕੇ ਤੇ ਸੇਲ ਨਹੀਂ ਕਰਦੇ ਮੈਂ ਅੱਜ ਤੁਹਾਨੂੰ ਇਹਦਾ ਤਰੀਕਾਕਾਰ ਦੱਸਣਾ ਕਿਉਂਕਿ ਐਡਾ ਵੱਡਾ ਬਾਕਸ ਜਿਹੜਾ ਇਹ ਇਹ ਪੈਕੇਟ ਜਿਹੜਾ ਉਹ ਮੈਂ ਇਸ ਚੀਜ਼ ਨੂੰ ਸਮਝ ਨਾ ਕਿ ਛੋਟਾ ਸੇਲਮੈਨ ਹੈ ਜਿਹੜਾ ਉਹ ਆਮ ਦੁਕਾਨ ਤੇ ਛੋਟੀ ਦੁਕਾਨ ਤੇ ਇਹਨੂੰ ਸੇਲ ਨਹੀਂ ਕਰ ਸਕਦਾ ਕਿਉਂਕਿ ਛੋਟਾ ਦੁਕਾਨਦਾਰ ਇਹਨੂੰ ਨਹੀਂ ਖਰੀਦ ਸਕਦਾ ਇਹ ਅਕਸਰ ਜਿਹੜੇ ਨਾ ਇਹ ਬਾਕਸ ਜਿਹੜੇ ਨੇ ਪੈਕੇਟ ਨੇ ਇਹ ਵੱਡੇ ਮਾਰਟ ਦੁਕਾਨਾਂ ਤੇ ਜਨਰਲ ਸਟੋਰਾਂ ਤੇ ਜਨਾਬ ਇਹ ਸੇਲ ਹੁੰਦੇ ਨੇ ਇਹਦੀ ਅੱਛੀ ਇੰਨੀ ਅੱਛੀ ਕੁਆਲਿਟੀ ਤੇ ਇਹਦਾ ਮੈਂ ਤੁਹਾਨੂੰ ਅਜ ਤਰੀਕਾ ਕਰ ਇੱਕ ਦੱਸਣਾ ਇਹ ਜਨਾਬ 5 ਕਿਲੋ 5 ਕੇਜੀ ਦੀ ਹੈ 5 ਕਿਲੋ ਜਨਾਬ ਇਹਦਾ ਵਜ਼ਨ ਹੈ ਤੇ ਤੁਹਾਨੂੰ ਇਹ ਮਾਰਕੀਟ ਦੇ ਵਿੱਚ ਅਗਰ ਤੁਸੀਂ ਲਾਹੌਰ ਤੋਂ ਲੈਂਦੇ ਜੇ ਜਾਂ ਕਰਾਚੀ ਤੋਂ ਤੁਸੀਂ ਇਹ ਪਰਚੇਸ ਕਰਦੇ ਜੇ ਤੇ ਤੁਹਾਨੂੰ ਜਨਾਬ ਇਹ 1000 ਤੋਂ ਲੈ ਕੇ 12-1300 ਤੱਕ ਇਹ ਪੈਕਟ ਮਿਲੇਗਾ 1000 ਤੋਂ ਲੈ ਕੇ ਮਕਸਦ ਕਹਿੰਦਾ ਹੈ ਕਿ ਤੁਸੀਂ ਅੱਛੀ ਮਾਰਕੀਟ ਵੱਡੀ ਮਾਰਕੀਟ 'ਚ ਜਾਂਦੇ ਤੇ ਇਹ ਹੈ ਹਰ ਮਾਰਕੀਟ 'ਚ ਮਿਲ ਜਾਏਗੀ ਬੜੀ ਆਸਾਨੀ ਨਾਲ ਮਿਲ ਜਾਏਗੀ ਇਹਦੀ ਕੁਆਲਿਟੀ ਤੁਸੀਂ ਵੇਖ ਸਕਦੇ ਮੈਂ ਜਨਾਬ ਤੁਹਾਨੂੰ ਅੱਜ ਦੇਣ ਦਾ ਤਰੀਕਾਕਾਰ ਦੱਸਣਾ ਅਗਰ ਤੁਹਾਨੂੰ ਇਹ ਫਰਜ਼ ਕਰ ਲੈਣੇ ਆ ਕਿ 1200 ਦਾ ਇਹ ਪੈਕੇਟ ਮਿਲਦਾ ਕਿਸੇ ਵੀ ਮਾਰਕੀਟ ਤੋਂ ਲਾਹੌਰ ਤੋਂ ਮਿਲਦਾ ਹੈ ਫੈਸਲਾਬਾਦ ਤੋਂ ਸਾਈਵਾਲ ਮਲਤਾਨ ਗੁਜਰਾਵਾਲਾ اسلامਾਬਾਦ ਤੋਂ ਪਿੰਡੀ ਤੋਂ ਜਾਂ ਸ਼ੇਖੂਪੁਰਾ ਇਸ ਤਰ੍ਹਾਂ ਲਾ ਲਓ ਤੁਸੀਂ ਸਿੰਧ ਵਾਲੀ ਸਾਈਡ ਤੇ ਚਲੇ ਜਾਓ ਕਰਾਚੀ ਇਹ ਤਾਂ ਬਹੁਤ ਆਮ ਹੈ ਟਾਫੀ ਇਹਦਾ ਤੁਸੀਂ ਕਰਨਾ ਹੈ ਜਨਾਬ ਇਸ ਤੋਂ ਜ਼ਿਆਦਾ ਇਹਦਾ ਰੇਟ ਨਹੀਂ ਹੈਗਾ 1200 ਇਹਦਾ ਰੇਟ ਹੈ ਤੇ 5 ਕਿਲੋ ਦਾ ਇਹ ਪੈਕੇਟ ਹੈ ਔਰ ਇਹਦੇ ਵਿੱਚ ਛੋਟੇ ਪੈਕੇਟ ਵੀ ਆਉਂਦੇ ਨੇ ਜਿਹੜੇ 1 ਕਿਲੋ ਦੇ ਆਉਂਦੇ ਨੇ 3 ਕਿਲੋ ਵਾਲਾ ਪੈਕੇਟ ਵੀ ਆਂਦਾ ਹੈ ਇਹ ਵੱਡਾ ਪੈਕੇਟ ਹੈ ਜਿਹੜਾ 5 ਕਿਜੀ ਦਾ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਵੱਡੀ ਪੈਕਿੰਗ ਦੇ ਟੌਫੀ ਇਹ ਖਰੀਦਣੀ ਹੈ ਉਹਦਾ ਫਾਇਦਾ ਇਹ ਹੋਏਗਾ ਕਿ ਸਾਨੂੰ ਇਹ ਸਸਤੀ ਮਿਲੇਗੀ ਇਹ ਜਨਾਬ ਤੁਸੀਂ ਇਸ ਤਰ੍ਹਾਂ ਕਰਨਾ ਹੈ ਕਿ ਇਹਦੀ 5 ਇਹ 500 ਟੌਫੀ ਹੈ ਇਸ ਪੈਕੇਟ ਦੇ ਵਿੱਚ 500 ਟੌਫੀ ਹੈ ਇੰਦਾ ਵਜ਼ਨ ਨੂੰ ਤੁਸੀਂ ਨਹੀਂ ਵੇਖਣਾ ਇਹ 4 ਕਿਲੋ ਇਹ 5 ਕਿਲੋ ਇਹ 6 ਕਿਲੋ ਮੈਨੂੰ ਇਹਨਾਂ ਅੰਦਾਜ਼ਾ ਇਸ ਤੋਂ ਜ਼ਿਆਦਾ ਹੀ ਆਂਦੀ ਸੇਲ ਹੋ ਸਕਦੀ 25-2600 ਰੁਪਏ ਦੀ ਸੇਲ ਹੈ ਐਸ ਪੈਕ ਜਿਹੜਾ ਹੈ ਨਾ ਇਹ ਪੈਕਟ ਜਿਹੜਾ ਇਹਦੀ 25 ਤੋਂ 2600 ਸੇਲ ਹੈ ਕਿਉਂਕਿ ਮੈਂ ਇਹ ਕਈ ਪੈਕਟਾਂ ਦੇ ਵਿੱਚ ਜ਼ਿਆਦਾ ਨਿਕਲ ਪੈਂਦੀਆਂ ਨੇ ਦੇ ਕਈ ਦੇ ਵਿੱਚ ਮਤਲਬ ਇਹ ਪੂਰੀ ਪੂਰੀ 500 ਹੁੰਦੀ ਟੌਫੀ ਲੇਕਿਨ ਅਕਸਰ ਕੋਈ ਐਸਾ ਪੈਕਟ ਨਹੀਂ ਹੁੰਦਾ ਜਿੰਦੇ ਵਿੱਚ ਪੂਰੀ 500 ਹੋਵੇ ਅਕਸਰ ਜ਼ਿਆਦਾ ਟੌਫੀ ਹੀ ਨਿਕਲਦੀ ਹੈ ਕਿਉਂਕਿ ਵਜ਼ਨ ਦੇ ਹਿਸਾਬ ਤੇ ਇਹ ਇਹਦੇ ਵਿੱਚ ਜ਼ਿਆਦਾ ਟੌਫੀ ਪੈਂਦੀ ਹੈ ਤੇ ਇਹ ਤੁਸੀਂ ਜਨਾਬ ਇਹ ਕੀ ਕੰਮ ਕਰਨਾ ਹੈ ਕਿ ਇਹ 5 ਰੁਪਏ ਦੀ ਟੌਫੀ ਸੇਲ ਹੁੰਦੀ ਹੈ ਤੁਸੀਂ ਇਹ ਲੈ ਕੇ ਆਵਨੀ ਹੈ ਤੇ ਤੁਸੀਂ ਹਿਸਾਬ ਲਾ ਲਓ ਕਿ ਜਦੋਂ ਇਹ ਤੁਸੀਂ 1200 ਦਾ ਪੈਕਟ ਲੈਣਾ ਹੈ ਨਾ ਤੇ ਤੁਹਾਨੂੰ ਇਹ ਟੌਫੀ ਪੈਈ ਹੈ ਦੀ 2 ਰੁਪਏ ਦੀ 2 ਰੁਪਏ ਤੇ ਕੁਝ ਪੈਸੇ ਦੀ ਇਹ ਟੌਫੀ ਪੈਦੀ ਇਹ ਮਕਸਦ ਹੈ ਕਿ ਇਹ 2.5 ਰੁਪਏ ਦੀ ਵੀ ਟੌਫੀ ਨਹੀਂ ਪੈਣੀ ਤੁਸੀਂ ਇਹ ਇਸ ਤਰ੍ਹਾਂ ਦਾ ਜ਼ਿਪਰ ਥੈਲੀ ਲੈਣੀ ਹੈ ਜ਼ਿਪਰ ਥੈਲੀ ਲੈਣੀ ਹੈ ਇਸ ਤੋਂ ਵੱਡੀ ਪੈਕੇਜ ਮਿਲ ਜਾਂਦੀ ਜਾਂ ਉਹ ਮਸ਼ੀਨ ਨਾਲ ਪੰਚ ਕਰਨ ਵਾਲੀ ਜਿੰਦੇ ਨਾਲ ਇਹ ਪੈਕਟ ਜਿਹੜਾ ਨਾ ਇਹ ਥੈਲੀ ਬੰਦ ਹੋ ਜਾਂਦੀ ਉਹ ਵੀ ਚੱਲੀ ਜਾਏਗੀ ਇਸ ਤਰ੍ਹਾਂ ਆ ਜ਼ਿਪਰ ਥੈਲੀ ਲੈਣੀ ਆ ਜਨਾਬ ਤੁਸੀਂ ਥੈਲੀ ਲੈ ਲਈ ਇਹਦੇ ਵਿੱਚ ਤੁਸੀਂ ਕੀ ਕੰਮ ਕਰਨਾ ਜਿਹੜੇ ਛੋਟੇ ਸੇਲਮੈਨ ਨੇ ਜਿਹੜੇ ਦੁਕਾਨਾਂ ਜਿਹੜੀਆਂ ਜਿਹੜੀ ਮਾਰਕੀਟ ਆ ਸੀ ਜਿੰਦੇ ਚ ਜ਼ਿਆਦਾਤਰ ਸੇਲਮੈਨ ਕੋਲ ਛੋਟੇ ਦੁਕਾਨਦਾਰ ਨੇ ਜਿਹੜੇ ਇਹ ਵੱਡਾ ਪੈਕੇਟ ਇਸ ਤਰ੍ਹਾਂ ਨਹੀਂ ਲੈ ਸਕਦੇ ਜਾਂ ਕਿਲੋ ਵਾਲਾ ਨਹੀਂ ਲੈ ਸਕਦੇ ਜਾਂ 100 ਟੌਫੀ 200 ਟੌਫੀ ਦਾ ਪੈਕੇਟ ਨਹੀਂ ਲੈ ਸਕਦੇ ਇਹਨੂੰ ਜਨਾਬ ਤੁਸੀਂ ਇਹ ਕਰਨਾ ਹੈ ਇਹਨੂੰ ਖੋਲਣਾ ਤੇ ਇਹ ਜਨਾਬ ਮੈਂ ਤੁਹਾਨੂੰ ਚੈੱਕ ਕਰਵਾ ਦੇਣਾ ਕਿ ਇਹਦਾ ਕਰਨਾ ਕੀ ਇਹ ਟੌਫੀਆਂ ਨੇ ਆ ਬੜੀ ਅੱਛੀ ਟੌਫੀ ਹੈ ਜਨਾਬ ਇਹ ਮਾਰਕੀਟ ਦੇ ਵਿੱਚ ਬੜੀ ਸੇਲ ਹੁੰਦੀ ਹੈ ਬਟਰ ਟੌਫੀ ਇਹਨੂੰ ਕਹਿ ਲਓ ਇਹਦੇ ਵਿੱਚ ਮੁxtਲਫ ਫਲੇਵਰ ਨੇ ਚਾਕਲੇਟ ਟੌਫੀ ਵੀ ਹੁੰਦੀ ਹੈ ਤੇ ਬੜਾ ਅੱਛਾ ਜਾਂਦਾ ਜ਼ਾਇਕਾ ਹੁੰਦਾ ਹੈ ਮਾਰਕੀਟ ਦੇ ਵਿੱਚ ਫਲਾਪ ਨਹੀਂ ਹਰ ਜਗ੍ਹਾ ਤੇ ਹਰ ਦੁਕਾਨ ਤੇ ਹਰ ਸਟੋਰ ਤੇ ਤੁਹਾਨੂੰ ਇਹ ਮਿਲੇਗੀ ਹੱਦ ਤੱਕ ਇਹ ਫਾਰਮੇਸੀ ਤੇ ਵੀ ਤੁਹਾਨੂੰ ਮਿਲੇਗੀ ਇਸ ਪੈਕਟ ਦੇ ਵਿੱਚ ਜ਼ਿਪਰ ਥੈਲੀ ਦੇ ਵਿੱਚ ਜਨਾਬ ਤੁਸਾਂ ਇਹ ਇਹ 50 ਟੌਫੀਆਂ ਪਾਣੀਆਂ ਨੇ 2 4 6 7 8 ਨੋ 10 11 12 13 14 15 16 ਇਹ ਜਨਾਬ ਛੋਟੀ ਥੈਲੀ ਇਹ ਮੈਂ ਤੁਹਾਨੂੰ ਇੱਕ ਮਤਲਬ ਇਹ ਇਹਦੀ ਮਿਸਾਲ ਦੇ ਰਿਹਾ ਇਹਦੇ ਤੋਂ ਵੱਡੇ 1 ਕਿਲੋ ਵਾਲੀ ਵੀ ਮਿਲਦੀ ਹੈ ਅੱਧਾ ਕਿਲੋ ਵਾਲੀ ਵੀ ਮਿਲਦੀ ਹੈ ਇਹ ਤੁਸੀਂ 50 ਟੌਫੀਆਂ ਕਰਨੀਆਂ ਨੇ ਅਗਰ ਛੋਟੀ ਥੈਲੀ ਵੀ ਤਾਂ ਇਹਦੇ ਤੋਂ ਵੱਡੀ ਥੋਲੀ ਹੁੰਦੀ ਹੈ ਤਾਂ ਬਿਲਕੁਲ ਛੋਟੀ ਇਹਨੂੰ ਜਨਾਬ ਤੁਸੀਂ ਇਹਦੇ 'ਚ 20 25 ਟੌਫੀਆਂ ਆਈਆਂ ਨੇ ਇਸ ਤਰ੍ਹਾਂ ਬੰਦ ਕਰਨਾ ਲੋ ਜੀ ਇਹ ਸਾਡੀ ਪੈਕਿੰਗ ਹੋ ਗਈ ਹੁਣ ਇਹ ਟੌਫੀ ਨੂੰ ਕੋਈ ਵੀ ਦੁਕਾਨਦਾਰ ਵੇਖ ਕੇ ਉਹਨੂੰ ਜਨਾਬ ਉਹ ਇਹ ਨਹੀਂ ਕਹੇਗਾ ਕਿ ਇਹ ਚੱਲਦੀ ਨਹੀਂ ਮਾਰਕੀਟ ਦੇ ਵਿੱਚ ਜਾਂ ਇਹ ਆਈਟਮ ਅੱਛੀ ਨਹੀਂ ਹੈ ਦੀ ਕੁਆਲਿਟੀ ਅੱਛੀ ਨਹੀਂ ਹੈਗੀ ਇਹ ਹੋ ਨਹੀਂ ਸਕਦਾ ਤੁਸੀਂ ਜਨਾਬ 50 ਟੌਫੀ ਦੀ ਇਹ ਪੈਕਿੰਗ ਕਰਨੀ ਵੱਡੀ ਜਿਹਾ 1 ਰੁਪਿਆ ਦਾ ਤੁਹਾਨੂੰ ਇਹ ਜ਼ਿਪਰ ਥੈਲੀ 1 ਰੁਪਿਆ 1.5 ਰੁਪਏ ਚ ਮਿਲੇਗੀ ਮਕਸਦ ਇਹ ਵੀ ਤੁਸੀਂ ਉਹ 100 ਪੈ ਦੀਆਂ ਵੀ ਥੈਲੀਆਂ ਲਿਆ ਆਂਦੇ ਤਾਂ ਵਾਧੂ ਨਹੀਂ ਉਹ ਉਹ ਨਹੀਂ ਮੁਕਦੀਆਂ 50 ਟੌਫੀਆਂ ਇਹਦੇ ਵਿੱਚ ਪੈਕ ਕਰਨੀਆਂ ਨੇ ਇਹ ਤੁਹਾਨੂੰ ਪੈ ਜਾਏਗੀ 120 ਰੁਪਏ ਦੀ 50 ਟੌਫੀਆਂ ਵਾਲੀ ਜਿਹੜੀ ਪੈਕਿੰਗ ਹੈ ਇਹ ਤੁਹਾਨੂੰ ਪਵੇ ਦੀ 120 ਰੁਪਏ ਦੀ ਇਹਦੀ ਸੇਲ ਕਿੰਨੀ ਹੋਣੀ ਹੈ 250 ਰੁਪਿਆ ਜਿਹੜੇ ਕਾਫੀ ਦੋਸਤ ਜਿਹੜੇ ਹਨ ਨਾ ਛੋਟੇ ਸੇਲਮੈਨ ਵਿਚਾਰੇ ਉਹ ਇਸ चीज ਨੂੰ ਵੇਂਦੇ ਨੇ ਕਿ ਉਹਨਾਂ પેટ્રોલ ਦਾ ਖਰਚਾ ਵੀ ਕੱਢਣਾ ਹੁੰਦਾ ਬਾਕੀ ਵੀ ਜੋ ਖਰਚਾਜਾਤ ਨੇ ਉਹਨਾਂ ਕਲੀਅਰ ਕਰਨੇ ਹੁੰਦੇ ਨੇ ਮਾਰਕੀਟ ਦੇ ਵਿੱਚ ਉਹਨਾਂ ਕੋਲ ਮੋਟਰਸਾਈਕਲ ਖਾਂਚੇ ਤੇ ਹੋ ਜਾਂਦੇ ਨੇ ਜਿਹੜੇ ਉਸ ਤੋਂ ਥੋੜੇ ਹਾਈ ਲੈਵਲ 'ਚ ਸੇਲਮੈਨ ਕਹਿ ਲਓ ਜਿਨ੍ਹਾਂ ਕੋਲ ਆਪਣੀਆਂ ਗੱਡੀਆਂ ਨੇ ਆਪਣੀ ਮਤਲਬ ਉਹ ਗੱਡੀਆਂ ਦੇ ਵਿੱਚ ਜ਼ਿਆਦਾ ਮਾਲ ਲੈ ਕੇ ਜਾਂਦੇ ਨੇ ਵੱਡੇ ਸਟੋਰਾਂ ਤੇ ਵੀ ਦੁਕਾਨਾਂ ਤੇ ਜਿਨ੍ਹਾਂ ਦਾ ਜਿਹੜਾ ਮਾਲ ਸੇਲ ਕਰਦੇ ਨੇ ਉਹਨਾਂ ਨੂੰ ਤਾਂ ਪ੍ਰੋਬਲਮ ਨਹੀਂ ਹੈਗੀ ਲੇਕਿਨ ਜਿਹੜਾ ਛੋਟਾ ਸੇਲਮੈਨ ਹੈ ਜਿਹੜਾ ਇੱਕ ਖਾਂਚੇ ਤੇ ਸੇਲ ਕਰਦਾ ਉਹਦੇ ਵਾਸਤੇ ਮਸਲਾ ਆਦਾ ਇਹ ਮੈਂ ਉਹਨਾਂ ਵਾਸਤੇ ਬਾਕੀ ਤਾਂ ਇਹ ਟੌਫੀ ਤਾਂ ਸਾਰੇ ਹੀ ਸੇਲ ਕਰ ਰਹੇ ਹਨ ਤੁਸੀਂ ਕਿਸੇ ਮਾਰਕੀਟ 'ਚ ਵੀ ਜਾ ਕੇ ਕਲੀਅਰ ਟੌਫੀ ਇਰਾਨੀ ਟੌਫੀ ਦਾ ਪਤਾ ਕਰ ਲਓ ਤੁਹਾਨੂੰ ਆਸਾਨੀ ਨਾਲ ਮਿਲ ਜਾਏਗੀ ਇਹ 50 ਟੌਫੀਆਂ ਜਨਾਬ ਤੁਸੀਂ ਇਸ ਜ਼ਿਪਰ ਥੈਲੀ ਦੇ ਵਿੱਚ ਪੈਕ ਕਰਨੀਆਂ ਨੇ ਜਿਹੜੀ ਇਹ ਜ਼ਿਪਰ ਥੈਲੀ ਅਗਰ ਇਹ ਜ਼ਿਪਰ ਥੈਲੀ ਨਹੀਂ ਤਾਂ ਤੁਹਾਨੂੰ ਖੁੱਲਾ ਪੈਕੇਟ ਮਿਲੇਗਾ ਉਸ ਤੋਂ ਵੀ ਸਸਤਾ ਮਿਲਦਾ ਹੈ ਜਿਹੜਾ ਤੁਸੀਂ ਉਹ ਮਸ਼ੀਨ ਨਾਲ ਮੈਂ ਤੁਹਾਨੂੰ ਇੱਥੇ ਦਿਖਾ ਦਿੰਦਾ ਜਿੰਦੇ ਨਾਲ ਜਨਾਬ ਪੈਕਿੰਗ ਕਰੀਦਾ ਪੰਜ ਕਰਦੇ ਥੱਲੇ ਰੱਖ ਕੇ ਇਹ ਜਨਾਬ 50 ਟੌਫੀਆਂ ਪੈਕ ਕਰਨੀਆਂ ਨੇ 120 ਰੁਪਏ ਦੀਆਂ ਜਨਾਬ 50 ਟੌਫੀਆਂ ਤੁਹਾਡੀਆਂ ਇਸ ਪੈਕੇਟ ਦੇ ਵਿੱਚ ਆ ਜਾਂਦੀਆਂ ਹੁਣ ਉਹਨਾਂ ਦੀ ਸੇਲ ਕਿੰਨੀ ਹੈ 250 ਰੁਪਿਆ ਉਹਨਾਂ ਦੀ ਸੇਲ ਹੈ ਤੁਸੀਂ ਦੁਕਾਨਦਾਰ ਨੂੰ ਕਿੰਨੇ ਦੇ ਦੇਣੀ ਹੈ ਸੋਚ ਲਓ ਮਕਸਦੇ ਵੇ ਤੁਸੀਂ ਰੇਟ ਮੈਂ ਤੁਹਾਨੂੰ ਦੱਸਦਾ ਪਿਆ ਤੇ ਤੁਸੀਂ ਇਹ ਜ਼ੇਨ ਚ ਰੱਖੋ ਕਿ ਇਹਦੇ ਜ ਮਾਰਜਨ ਕਿੰਨਾ ਤੁਸੀਂ ਅਗਰ 200 ਰੁਪਏ ਦੀ ਵੀ ਦੁਕਾਨਦਾਰ ਨੂੰ ਇਹ ਪੈਕਟ ਦੇਂਦੇ ਜੇ ਨਾ ਤੇ ਇਹ ਹੱਸ ਕੇ ਦੁਕਾਨਦਾਰ ਲੈਦਾ 50 ਰੁਪਏ ਇਸ ਦੌਰ ਦੇ ਵਿੱਚ ਮਾਰਜਨ ਨਹੀਂ ਲੱਭਦਾ ਕਿਸੇ ਚੀਜ਼ ਚ 10% ਮਾਰਜਨ ਨਹੀਂ ਰਹਿ ਗਿਆ ਤੁਸੀਂ 50 ਦਾ ਹਿਸਾਬ ਲਾ ਲਓ ਕਿੰਨੇ ਪਰਸੈਂਟ ਮਾਰਜਨ ਬਣਦਾ 50 ਰੁਪਏ ਤੁਸੀਂ ਦੁਕਾਨਦਾਰ ਨੂੰ ਦਿੰਦੇ ਜੇ ਜਨਾਬ ਤੇ ਉਹ ਹੱਸ ਕੇ ਇਹ ਤੁਹਾਡੇ ਕੋਲ ਟੌਫੀ ਖਰੀਦੇ ਦਾ ਤੁਨੂੰ 120 ਰੁਪਏ ਤੁਨੂੰ ਮਾਰਜਨ ਕਿੰਨਾ ਮਿਲਿਆ 80 ਰੁਪਏ ਦੇਖੋ ਹੁਣ 80 ਰੁਪਏ ਥੋੜਾ ਮਾਰਜਨ ਨਹੀਂ ਹੈਗਾ ਇਸੇ ਤਰ੍ਹਾਂ ਅਗਰ ਤੁਸੀਂ ਵੱਡੇ ਸਟੋਰ ਤੇ ਕਿਸੇ ਤੇ ਜਾ ਕੇ ਮਕਸਦੇ ਸੇਲ ਕਰਨੀ ਤੇ ਇਸ ਤੋਂ ਵੱਡਾ ਪੈਕਟ ਜਿਹੜਾ ਕਿਲੋ ਵਾਲਾ ਉਹਦੇ ਚ ਜਨਾਬ ਤੁਸੀਂ 100 ਟਾਫੀ ਰੱਖ ਲਓ ਉਹਦੀ ਸੇਲ ਕਿੰਨੀ ਹੋਗੀ 500 ਰੁਪਏ 500 ਟੋਟਲ ਸੇਲ ਹੋਗੀ ਹੁਣ ਤੁਨੂੰ ਕਿੰਨੇ ਪੈਗੇ 240 ਰੁਪਏ ਦਾ ਤੁਸੀਂ ਉਹ ਆਪ ਖੁਦ ਅੰਦਾਜ਼ਾ ਲਾ ਲੋਂਦਾ ਇੱਕ ਰੇਟ ਰੱਖੋ ਤੁਸੀਂ 240 ਰੁਪਏ ਚ ਤੁਹਾਨੂੰ ਉਹ ਪੈਕੇਟ ਪੈ ਰਿਆ ਜਿੰਦੀ ਟੋਟਲ 506 ਲੇ ਤੁਸੀਂ ਉਹਨੂੰ 350 ਚ ਸੇਲ ਕਰ ਦੇ ਜੇ ਤੁਸੀਂ ਉਹਨੂੰ 400 ਸੇਲ ਕਰ ਦੇ ਜੇ ਅਗਰ ਤੁਸੀਂ ਉਹਨੂੰ 400 ਚ ਵੀ ਸੇਲ ਕਰ ਦੇ ਜੇ ਤੇ 100 ਰੁਪਿਆ ਦੁਕਾਨ ਵਾਲੇ ਨੂੰ ਮਾਰਟ ਵਾਲੇ ਨੂੰ ਥੋੜਾ ਨਹੀਂ 100 ਰੁਪਿਆ ਅੱਛਾ ਮਾਰ ਜਨੇ ਔਰ ਤੁਹਾਨੂੰ ਤਾਂ ਮੜਾ ਹਿਸਾਬ ਹੀ ਲਾ ਲੋ ਆਪੇ ਹੀ ਤੁਸੀਂ ਮਕਸਦ ਇਹ ਮੇਰਾ ਇਹ ਦੋਸ ਕਾਫੀ ਮੈਨੂੰ ਜਿਹੜਾ ਨਾ ਕਹਿ ਰਹੇ ਸਨ ਕਿ ਉਸ ਤਰ੍ਹਾਂ ਦੀ ਟੌਫੀ ਜਿਹੜੀ ਤੁਸੀਂ ਪਹਿਲੇ ਬਦਾਮੀ ਟੌਫੀ ਦੀ ਜਿਹੜੀ ਵੀਡੀਓ ਬਣਾਈ ਸੀ ਉਸ ਤਰ੍ਹਾਂ ਦੀ ਸਾਨੂੰ ਪ੍ਰੋਡਕਟ ਦਿਖਾਓ ਉਹ ਤੁਹਾਨੂੰ ਮੈਂ ਅਗਲੀ ਵੀਡੀਓ 'ਚ ਇੱਕ ਹੋਰ ਟੌਫੀ ਲੈ ਕੇ ਆਵਾਂ ਦਾ ਉਹਦੇ 'ਚ ਵੀ ਉਸੇ ਲੈਵਲ ਦੀ ਉਹ ਮਿਆਰ ਵੀ ਹੁੰਦਾ ਉਹ ਹੀ ਹੋਏਗਾ ਪੈਕਿੰਗ ਵੀ ਉਸ ਤਰ੍ਹਾਂ ਹੋਏਗੀ ਔਰ ਅੱਛੀ ਕੁਆਲਿਟੀ ਦੀ ਮੈਂ ਵੀਡੀਓ ਜਿਹੜੀ ਨਾ ਤੁਹਾਡੇ ਵਾਸਤੇ ਬਣਾਵਾਂਗਾ ਕੈਂਡੀ ਦੀ ਲੇਕਿਨ ਜਿਹੜੀ ਆ ਇਹ ਨਾ ਇਹ ਬੇਮਿਸਾਲ ਹੈ ਇਹ ਰਿਜੈਕਟ ਮਾਰਕੀਟ 'ਚ ਨਹੀਂ ਹੋ ਸਕਦੀ ਤੁਸੀਂ ਇਹਨੂੰ ਪੈਕਟਾਂ 'ਚ ਲੈ ਜਾਓ ਸ਼ਾਪਰਾਂ 'ਚ ਲੈ ਜਾਓ ਕਿਵੇਂ ਵੀ ਲੈ ਜਾਓ ਇਹ ਮੈਂ ਜਿਹੜਾ ਤੁਹਾਨੂੰ ਇਹ ਹਿਸਾਬ-ਕਿਤਾਬ ਦੱਸਿਆ ਨਾ ਕੋਸ਼ਿਸ਼ ਕਰਨੀ ਹੈ ਕਿ ਤੁਸੀਂ ਜਨਾਬ ਇਸ ਤਰ੍ਹਾਂ ਵੀ ਆਪਣਾ ਇਹ ਪੈਕਿੰਗ ਕਰਕੇ ਲੈ ਕੇ ਜਾਣੀ ਹੈ 120 ਤੇ 240 ਤੇ ਤੁਸੀਂ ਜਨਾਬ ਅੱਛੀ ਰੋਜ਼ੀ ਤੁਹਾਨੂੰ ਇਹਦੇ ਵਿੱਚ ਮਿਲੇਗੀ ਅੱਛਾ ਮਾਰਜਨ ਮਿਲੇਗਾ ਔਰ ਮਾਰਕੀਟ ਜਿਹੜੇ ਦੋਸਤਾਂ ਨੂੰ ਨਹੀਂ ਵੀ ਪਤਾ ਚੱਲੇ ਕਿ ਕਿੱਥੋਂ ਮਿਲਦੀ ਏ ਕਿਹੜੀ ਮਾਰਕੀਟ 'ਚ ਮਿਲਦੀ ਏ ਉਹ ਜਨਾਬ ਮੈਂ ਨਾ ਕੰਟੈਕਟ ਕਰ ਲੈਣ ਕਿਉਂਕਿ ਨੰਬਰ ਕਾਫੀ ਦੋਸਤਾਂ ਕੋਲ ਮੇਰਾ ਹੈਗਾ ਮੈਂ ਵੈਸੇ ਵੀ ਥੱਲੇ ਆਪਣਾ ਨੰਬਰ ਦਿੱਤਾ ਹੋਇਆ ਚੈਨਲ 'ਚ ਨੰਬਰ ਹੈ ਮੇਰਾ ਡਿਸਕ੍ਰਿਪਸ਼ਨ ਤੁਸੀਂ ਜਨਾਬ ਮੇਰੇ ਨਾਲ ਰਾਬਤਾ ਕਰ ਲੈਣਾ ਮੈਂ ਤੁਹਾਨੂੰ ਜਨਾਬ ਗਾਈਡ ਕਰ ਦਿਆਂਗਾ ਕਿ ਇਹ ਕਿੱਥੋਂ ਮਿਲਣੀ ਕਿਉਂਕਿ ਸਾਡੇ ਏਰੀਏ ਦੇ ਵਿੱਚ ਪੰਜਾਬ ਦੇ ਇਲਾਕੇ ਦੇ ਵਿੱਚ ਇਹ ਟੌਫੀ ਆਮ ਲਾਹੌਰ ਤੋਂ اسلام آباد ਪਿੰਡੀ ਸਾਈਵਾਲ ਫੈਸਲਾਬਾਦ ਫੈਸਲਾਬਾਦ ਤੋਂ ਤਾਂ ਇਹ ਢਿਗ ਲੱਗੇ ਹੋਏ ਨੇ ਨਾ ਜਿਹੜੀ ਜਗ੍ਹਾ ਤੋਂ ਮਰਜ਼ੀ ਲੈ ਲਓ ਤੁਸੀਂ ਪੰਜਾਬ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਇਹ ਟੌਫੀ ਮਿਲੇਗੀ ਅੱਗੇ ਜਾਓ ਚਲੇ ਜਾਓ ਸਿੰਧ ਸਿੰਧ ਤਾਂ ਇਹ ਸਮੁੰਦਰ ਹੈ ਜਨਾਬ ਇਸ ਟੌਫੀ ਦਾ ইরਾਨੀ ਪ੍ਰੋਡਕਟ ਦਾ ਉੱਥੇ ਵੀ ਜਨਾਬ ਕਰਾਚੀ ਦੇ ਵਿੱਚ ਇਹ ਹਰ ਮਾਰਕੀਟ ਦੇ ਵਿੱਚ ਔਰ ਕਰਾਚੀ ਵਿੱਚ ਕਰਾਚੀ ਵਾਲੇ ਸੇਲਮੈਨਾਂ ਨੂੰ ਮੈਂ ਇਹ ਕਹਿ ਰਿਹਾ ਕਿ ਉਹ ਉੱਥੇ ਤਾਂ ਵੈਸੇ ਸਸਤੀ ਮਿਲਦੀ ਜਨਾਬ ਬਾਜ਼ਾਰ ਲੱਗੇ ਹੋਏ ਨੇ ਉਹ ਕਿਲੋਆਂ ਦੇ ਹਿਸਾਬ ਤੇ 2250 ਨੂੰ ਹਲੇ ਕਿਲੋ ਦਿੰਦੇ ਤੇ ਉਹਦੇ ਵਿੱਚ ਮੇਰੇ ਹਲੇ 120 25 ਟੌਫੀ ਹੁੰਦੀ ਤੇ ਇਹ ਜਨਾਬ ਤੁਸੀਂ ਇਹਦਾ ਕੰਮ ਕਰਨਾ ਹੈ ਇਸ ਆਈਟਮ ਨੂੰ ਨਾਲ ਐਡ ਕਰਨਾ ਹੈ ਤੇ ਭਰਾ ਨੂੰ ਤੁਸੀਂ ਦਵਾਵਾ ਦਿਓਗੇ ਇਹ ਆਈਡੀਆ ਇੱਕ ਬੜਾ ਮੁਨਫਰਦਾ ਆਈਡੀਆ ਔਰ ਇਹ ਹਰ ਜਗ੍ਹਾ ਤੇ ਚੱਲਦੀ ਵੀ ਲੇਕਿਨ ਤੁਸੀਂ ਇਸ ਤਰੀਕੇ ਨਾਲ ਕੰਮ ਕਰੋਗੇ ਅੱਛੀ ਰੋਜੀ ਕਮਾਓਗੇ ਤੇ ਤੁਸੀਂ ਜਨਾਬ ਨੈਕਸਟ ਵੀਡੀਓ ਮੈਂ ਤੁਹਾਨੂੰ ਐਸੇ ਇੱਕ ਕੈਂਡੀਡੇਟ ਤੁਹਾਡੇ ਨਾਲ ਵਾਦਾ ਕੀਤਾ ਮੈਂ ਇੱਕ ਕੈਂਡੀ ਹੋਰ ਲੈ ਕੇ ਆਉਂਦਾ ਜਿੰਦੇ ਅੱਛਾ ਮਾਰ ਜਣੇ